ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਮਾ ਦੇ ਵਿੱਚ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ ਘਰ ਦੇ ਵਿੱਚ ਰੱਖੇ ਗੈਸ ਸਿਲੰਡਰ ਦੇ ਵਿੱਚ ਧਮਾਕਾ ਹੋ ਗਿਆ ਅਤੇ ਘਰ ਦੇ ਵਿੱਚ ਲੱਗੀ ਅੱਗ ਬੁਝਾ ਰਹੇ 8 ਨੌਜਵਾਨ ਇਸ ਧਮਾਕੇ ਦੇ ਵਿੱਚ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਘਰ ਦੇ ਲੋਕ ਹਾਦਸੇ ਦੇ ਵੇਲੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਅਤੇ ਪਿੰਡ ਦੇ ਲੋਕ ਘਰ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਮੈਂ ਆਪਣੇ ਪੇਕੇ ਗਈ ਹਾਂ ਤੇ ਮਗਰ ਛੁੱਟੀਆਂ ਪਈਆਂ ਸੀਗੀਆਂ ਤੇ ਕਿਸੇ ਨੇ ਮਤਲਬ ਕੋਈ ਅੱਗ ਲੱਗੀ ਆ ਮਤਲਬ ਲਾਈ ਆ ਆਪ ਕਿਸੇ ਨੇ ਬੈਡਾਂ ਜੋ ਸਾਰਾ ਕੁਝ ਬੈਡਾਂ ਚੋਂ ਕੱਪੜੇ ਕੱਢ ਕੱਢ ਕੇ ਸਾਰਾ ਕੁਝ ਹੀ ਤੇ ਜੋ ਸਾਰਾ ਸਮਾਨ ਸਮੂਨ ਅੰਦਰੋਂ ਸੜ ਗਿਆ ਤੇ ਸਾਨੂੰ ਫੋਨ ਆਇਆ ਕਿ ਮਤਲਬ ਸਾਡੇ ਗੁਆਂਢੀਆਂ ਦਾ ਉਹਨਾਂ ਨੇ ਇੱਦਾਂ ਕਿਹਾ ਕਿ ਤੁਹਾਡੇ ਧੂੰਆਂ ਨਿਕਲਣ ਡਿਆ ਤੇ ਫਿਰ ਅਸੀਂ ਆਏ ਵੇਖਿਆ ਆਣ ਕੇ ਇੱਦਾਂ ਅੱਗ ਲੱਗੀ ਸਿਲੰਡਰ ਸਲੁੰਡਰ ਸਾਰਾ ਕੁਝ ਹੀ ਅੰਦਰ ਫਟ ਗਿਆ ਸੌਣ ਲਈ ਕੋਈ ਬੈੱਡ ਨਹੀਂ ਦੁੱਧ ਕੋਈ ਸਾਰਾ ਸਾਰਾ ਕੁਝ ਹੀ ਜੋ ਕੱਪੜਾ ਲੀੜਾ ਜੋ ਸਾਰੇ ਬੈੱਡ ਕੀ ਸਾਰਾ ਕੁਝ ਐਲ ਸੀ ਡੀ ਫਰਨੀਚਰ ਸਾਰਾ ਸਮਾਨ ਸੜ ਗਿਆ। ਕਿੰਨੇ ਲੋਕ ਕਿੰਨੇ ਜ਼ਖਮੀ ਹੋਏ ਨੇ? ਲੋਕ ਜ਼ਖਮੀ 9 ਜਣੇ। ਉਹ ਕੌਣ ਸਨ ਜਿਹੜੇ 9 ਜਣੇ ਜ਼ਖਮੀ ਹੋਏ? ਸਾਡੇ ਆਪਣੇ ਵਿੱਚੋਂ ਆਪਣੇ ਘਰ ਵੀ ਸੀ ਕੁਝ ਨਾਲ ਗਵਾਂਢੀ ਵੀ ਸੀ ਰਿਸ਼ਤੇਦਾਰ ਵੀ ਰਿਸ਼ਤੇਦਾਰ ਸਾਡੇ ਆਪਣੇ ਮੁੰਡੇ ਬੰਦਿਆਂ ਦਾ ਤਾਂ ਪਤਾ ਨਹੀਂ ਜੀ ਬਾਬਾ ਜੀ ਤੇ ਮੈਂ ਬਸ ਅੰਦਰ ਅਸੀਂ ਬਾਹਰ ਹਾਂ ਪੈਪ ਬੁਲਾਉਣ ਡੇ ਪਾਣੀ ਲਈ ਵੀ ਇਹ ਆਪਣਾ ਵਾਰਾ ਜਿਹੜਾ ਅੱਗ ਵੀ ਕੰਟਰੋਲ ਕੀਤੀ ਜਾਵੇ ਅਤੇ ਉਹ ਇਹਦਾ ਮਤਲਬ ਵੀ ਉਹਦਾ ਨਾਲ ਸਿਲੰਡਰ ਕਿਤੇ ਅੰਦਰੋਂ ਫਟਿਆ ਅਤੇ ਅਸੀਂ ਬਾਹਰ ਹਾਂ ਫਿਰ ਹਾਲੀ ਸੜਕ ਜਾ ਪੈਪ ਵੀ ਫਿੱਟ ਕਰਨ ਡੇ ਹਾਂ ਅਤੇ ਉਹ ਪੈਪ ਫਿੱਟ ਕਰਦੇ ਕਰਦੇ ਅੰਦਰੋਂ ਫਟਿਆ ਅਤੇ ਬਾਹਰ ਤੱਕ ਆਏ ਅੱਗ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਬਣਿਆ ਜੀ। ਸਾਡੇ ਲਾਗੇ ਚਾਚਾ ਮੇਰਾ ਮੇਰਾ ਪੜੋਸੀ ਜਿਹੜਾ ਬਿਲਕੁਲ ਨਾਲ ਘਰ ਉਹਨਾਂ ਦਾ ਉਹਨਾਂ ਵੇਖਿਆ ਵੀ ਧੂੰਆਂ ਧਾਵਾਂ ਨਿਕਲਿਆ ਕਹਿੰਦੇ ਮੈਨੂੰ ਵੀ ਤੂੰ ਸੰਡੇ ਨਾਲ ਆਵਾਜ਼ ਮਾਰੀ ਆਪਣੇ ਘਰ ਵਾਲੇ ਨੂੰ ਬਹਿੰਦੀ ਆ ਉਹਨਾਂ ਲਾਗੋਂ ਗੁਆਂਢੀ ਨੂੰ ਆਵਾਜ਼ ਵੀ ਸਾਨੂੰ ਆਵਾਜ਼ ਵਜ ਮਾਰੀ ਤਾਂ ਜਾ ਕੇ ਅੰਦਰ ਵੇਖਿਆ ਤੇ ਮਤਲਬ ਰਸੋਈ ਨੂੰ ਅੱਗ ਨਹੀਂ ਗਿਆ ਉਹਨੂੰ ਰਸੋਈ ਵਾਲੇ ਸਿਲੰਡਰ ਦਾ ਪਤਾ ਵੀ ਰਸੋਈ 'ਚ ਸਿਲੰਡਰ ਹੋਣਾ ਵਾ ਉਹ ਲਾਗੇ ਦੂਜੀ ਅੰਦਰ ਜਿਹੜਾ ਸਿਲੰਡਰ ਨਾ ਉਹ ਫੜ ਕੇ ਉਹਦੀ ਭਾਰ ਆਈ ਅਤੇ ਸਾਰੇ ਬੰਦੇ ਘਰ ਦੇ ਦਿੱਤੇ ਕੋਈ ਅੱਗ ਵੀ ਨਹੀਂ ਪਾਇਆ। ਕੀ ਹਾਲਾਤ ਕੀ ਉਸ ਵੇਲੇ ਜਦੋਂ ਘਰ ਨੂੰ ਅੱਗ ਲੱਗੀ? ਸਾਰਾ ਬਲੈਂਡ ਸਭ ਕੁਝ ਬਲੈਂਡ ਆਏ ਦਿਨ ਦਿਨ ਦੇ ਟੁੱਟੇ ਉਹਨਾਂ ਦੇ ਤਲੇ ਤੁਲੇ ਸਾਰੇ ਇਹ ਤਕਰੀਬਨ 3 ਵਜੇ ਤੋਂ ਬਾਅਦ ਮੈਨੂੰ ਪਤਾ ਲੱਗਿਆ ਗੁਰਦੁਆਰੇ ਤੋਂ ਅਨਾਊਂਸ ਕੀਤਾ ਉਦੋਂ ਮੈਂ ਆਇਆ ਅਤੇ ਅੱਗ ਲੱਗੀ ਹੋਈ ਸੀਗੀ ਅਤੇ ਉਸ ਤੋਂ ਪਹਿਲਾਂ ਸਿਲੰਡਰ ਫਟ ਚੁੱਕਾ ਸੀਗਾ ਉਹਦੇ ਵਿੱਚ 8 ਦੇ ਕਰੀਬ ਬੰਦੇ ਜ਼ਖਮੀ ਹੋਏ ਆ ਬੰਦੇ ਅੱਗ ਬੁਝਾ ਰਹੇ ਸੀਗੇ ਉਸ ਟਾਈਮ ਕਿਉਂਕਿ ਆਂਢੀ ਗੁਆਂਢੀ ਰਿਸ਼ਤੇਦਾਰ ਆਉਂਦੇ ਆ ਅਤੇ ਉਹ ਅੱਗ ਬੁਝਾ ਅੱਗ ਬੁਝਾਉਂਦੇ ਟਾਈਮ ਸਿਲੰਡਰ ਫਟ ਗਿਆ ਅਤੇ ਉਹ ਜ਼ਖਮੀ ਹੋ ਗਏ। ਸਾਨੂੰ ਥਾਣੇ ਘੁਮਾਣ ਫੋਨ ਆਇਆ ਵੀ ਭੋਮੇ ਪਿੰਡ ਦੇ ਵਿੱਚ ਅੱਗ ਲੱਗੀ ਹੋਈ ਅਤੇ ਪਰਸਰਾਮ ਯਾਸੀ ਬਾਊ ਰਾਮ ਯਾਸੀ ਅਸੀਂ ਮੌਕੇ 'ਤੇ ਪਹੁੰਚੇ ਅਤੇ ਸਾਡੇ ਆਉਣ ਤੋਂ ਪਹਿਲਾਂ ਸਿਲੰਡਰ ਫਟ ਚੁੱਕਾ ਸੀ 9 ਬੰਦੇ ਜ਼ਖਮੀ ਹੋ ਗਏ ਵੱਖ ਵੱਖ ਹਸਪਤਾਲਾਂ ਦੇ ਵਿੱਚ ਦਾਖਲ ਫਾਇਰ ਬ੍ਰਿਗੇਡ 4:30 ਵਜੇ ਆਈ ਆ ਉਹਨੇ ਆ ਕੇ ਅੱਗ ਬੁਝਾਈ ਆ ਪਰ ਇਹ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ ਆ ਤਾਲੇ ਤੋੜੇ ਗਏ ਆ ਜਾਂ ਜਿਹੜੇ ਬੰਦੇ ਜ਼ਖਮੀ ਹੋਏ ਆ ਉਹ ਤੋੜ ਕੇ ਅੱਗ ਬੁਝਾ ਰਹੇ ਚਾਰ ਤੋਂ ਜ਼ਿਆਦਾ ਦੱਸਦੇ ਨੇ ਸੜ ਗਏ ਨੇ ਅਤੇ 5 ਜਿਹੜੇ ਉਹਨਾਂ ਦੇ ਘੱਟ ਸੇਕ ਲੱਗ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ।